ਓਵਰਆਲ ਇਨਵਾਇਰਮੈਂਟ ਦੇ ਸੰਬੰਧ ਜਦੋਂ ਆਪਾਂ ਗੱਲ ਕਰੀਏ ਤੇ ਪਾਣੀ ਤੇ ਮਿੱਟੀ ਤੇ ਹਵਾ ਇਹ ਤਿੰਨਾਂ ਨੂੰ ਆਪਾਂ ਰਲਾ ਕੇ ਇਨਵਾਇਰਮੈਂਟ ਉਹਦੇ ਸੰਬੰਧ ਵਿੱਚ ਤੁਹਾਡੀ ਕਿਆ ਅਸੈਸਮੈਂਟ ਹੈਗੀ ਵੀ ਕਿੰਨੀ ਸਿਚੁਏਸ਼ਨ ਜਿਹੜੀ ਗੰਭੀਰ ਹੈਗੀ? ਦੇਖੋ ਗੱਲ ਹੈ, ਜੇ ਤਿੰਨੇ ਚੀਜ਼ਾਂ ਜਿਹੜੀ ਹਵਾ ਮਿੱਟੀ ਅਤੇ ਪਾਣੀ ਇਹਨਾਂ ਦੀ ਵੱਖਰੀ ਵੱਖਰੀ ਹਾਲਤ ਹੈ, ਕਿ ਮੈਂ ਤਾਂ ਉਹ ਦਿਨ ਵੀ ਦੇਖੇ ਹੋਇਆ ਜਦੋਂ ਇੱਥੇ ਦਰਖਤ ਕੋਈ ਨਹੀਂ ਸੀ ਦੇ ਬਹੁਤੇ ਲੋਕਾਂ ਦੇ, ਅਤੇ ਸਿਰਫ ਜਦ ਕਣਕ ਤੋਂ ਬਾਅਦ ਜਿਹੜਾ ਮਗਰੋਂ ਮੱਕੀ ਮੁੱਕੀ ਬਰਸਾਤ ਨੂੰ ਲੱਗਦੀ ਸੀ ਅਤੇ ਸਾਰਾ ਸੁੱਕਾ ਮੌਸਮ ਪਿਆ ਹੁੰਦਾ ਸੀ। ਇੱਧਰੋਂ ਵੈਸਟ ਵੱਲੋਂ ਰਾਜਸਥਾਨ ਤੋਂ ਇਹਨਾਂ ਤੋਂ ਹਨੇਰੀ ਚੜ੍ਹਦੀ ਸੀ, ਦੋ ਦੋ ਮਹੀਨੇ ਹਨੇਰੀ ਥੱਲੇ ਨਾਲ ਸੀ ਆਉਂਦੀ, ਬਰੀਕ 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 ਡਿੱਗਦਾ ਜਾਂਦਾ ਸੀ, ਕਿਉਂਕਿ ਦਰਖਤ ਰੋਕਣ ਵਾਲਾ ਕੋਈ ਨਹੀਂ ਸੀ। ਦੋ ਫੈਕਟਰ ਹੈ ਜਿਹਨਾਂ ਨੂੰ ਰੋਕਿਆ, ਇੱਕ ਤਾਂ ਝੋਨਾ ਆ ਗਿਆ, ਝੋਨੇ ਨਾਲ ਪਾਣੀ ਖੜ੍ਹਾ ਹੋ ਗਿਆ, ਮਿੱਟੀ ਨਹੀਂ ਉੱਡਦੀ। ਦੂਜੇ ਤੁਸੀਂ ਦੇਖੇ ਹੋਣਗੇ ਪਿੰਡਾਂ ਦੇ ਵਿੱਚ ਵੀ ਦਰਖਤਾਂ ਦੀ ਜਿਹੜੀ ਹੈ ਨਾ ਸੜਕਾਂ ਦੇ ਕੰਢੇ 'ਤੇ ਅਤੇ ਦੂਸਰੇ ਆਪਣਿਆਂ ਖੇਤਾਂ ਦੀਆਂ ਵੱਟਾਂ 'ਤੇ ਵੀ ਦਰਖਤ ਕਾਫੀ ਲੱਗੇ ਆ, ਉਹਦੇ ਨਾਲ ਉਹ ਹਨੇਰੀਆਂ ਤਾਂ ਖਤਮ ਹੋ ਗਈਆਂ ਸਮਝਣਾ, ਲੇਕਿਨ ਮੈਂ ਸਮਝਦਾ ਵੀ ਹਾਲੇ ਉਹ ਇਨਸਫੀਸ਼ੀਐਂਟ ਹੈ ਨਾ, ਕਿਉਂਕਿ ਕਮ ਅਜ਼ ਕਮ 30% ਏਰੀਆ ਜਿਹੜਾ ਕਿਸੇ ਵੀ ਏਰੀਏ ਦਾ ਉਹ ਦਰਖਤਾਂ ਥੱਲੇ ਜਿਹਨਾਂ 'ਚ ਕਿ ਨਹੀਂ ਆਉਂਦਾ, ਉਨੀ ਦੇ ਜੋ ਆਕਸੀਜਨ ਦੀ ਰਿਕੁਆਇਰਮੈਂਟ ਜਾਂ ਇਨਵਾਇਰਮੈਂਟ ਜਿਹੜਾ ਉਹ ਕੰਡਿਊਸਿਵ ਨਹੀਂ ਹੁੰਦਾ। ਹੁਣ ਪੰਜਾਬ ਦੀ ਜ਼ਮੀਨ ਹੈਗੀ ਬੜੀ ਉਪਜਾਊ, ਤੁਸੀਂ ਉਹਨਾਂ ਵਿੱਚ ਜੰਗਲ ਨਹੀਂ ਲਾ ਸਕਦੇ, ਹਵਾ ਨਹੀਂ, ਸਿਰਫ ਇੰਨਾ ਉਹ ਕੰਢੀ ਦੇ ਏਰੀਏ ਦੇ ਨਾਲ ਥੋੜ੍ਹਾ ਬਹੁਤ ਏਰੀਆ ਹੈਗਾ ਉਹਦੇ ਵਿੱਚ ਤੁਸੀਂ ਲਾ ਸਕਦੇ ਹੋ, ਜਿੱਦਾਂ ਬਾਂਸ ਵਗੈਰਾ ਲੱਗ ਗਿਆ, ਇਹੋ ਜਿਹੀਆਂ ਚੀਜ਼ਾਂ ਲੱਗ ਗਈਆਂ, ਇਕਨੋਮਿਕਲ ਵੀ ਹੈ। ਪੰਜਾਬ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਿ ਸੋਸ਼ਲ ਫੋਰੈਸਟਰੀ ਕਰ ਸਕਦੇ ਹੋ, ਜਿਹੜੀ ਇੱਕ ਤੁਸੀਂ ਕਰੋਪ ਵਾਂਗੂ ਹਾਰਵੈਸਟ ਹੋ ਜਾਏ, ਜਿੰਨਾ ਕੁ ਹਾਰਵੈਸਟ ਹੋ ਗਿਆ ਉਨਾ ਕੁ ਲੱਗ ਜਾਏ। ਦੂਜੀ ਗੱਲ ਇਹ ਕਿ ਅਸੀਂ ਸਾਡੀ ਜਿਹੜੀ ਦਰਖਤਾਂ ਦੀ ਪ੍ਰੋਟੈਕਸ਼ਨ ਠੀਕ ਨਹੀਂ, ਅਸੀਂ ਆਮ ਤੌਰ 'ਤੇ ਝੋਨਾ ਜਾਂ ਕਣਕ ਤੋਂ ਬਾਅਦ ਜਿਹੜੀ ਆ ਪਰਾਲੀ ਨੂੰ ਅਤੇ ਉਦਾਰ ਨੂੰ ਅੱਗ ਲਾ ਦਿੰਦੇ ਹਾਂ, ਇੰਨਾ ਕੁਛ ਕਰਨ ਦੇ ਬਾਅਦ ਵੀ ਲੋਕ ਹਟੇ ਨਹੀਂ, ਪਰਾਲੀ ਨੂੰ ਤਾਂ ਬਿਲਕੁਲ ਹੀ ਨਹੀਂ ਹਟੇ। ਉਹ ਤੁਹਾਨੂੰ ਪਤਾ ਜਾਂ ਲੱਗਦੀ ਦਰਖਤ ਆਪਣੇ ਸੜਕਾਂ ਦੇ ਕੰਢੇ 'ਤੇ ਵੀ ਦਰਖਤ ਸੜ ਜਾਂਦੇ ਆ, ਹੋਰ ਕੋਈ ਰੋਕ ਨਹੀਂ, ਕੋਈ ਜੁਰਮਾਨਾ ਨਹੀਂ, ਕੋਈ ਨਹੀਂ ਹੈ। ਜਿਹੜਾ ਇੱਕ ਵਾਰੀ ਦਰਖਤ ਲੱਗ ਗਿਆ ਉਸ ਨੂੰ ਮਾਰ ਦੇਣਾ ਜਿਹੜਾ ਆ ਗੁਨਾਹ ਕਹਿਣਾ ਚਾਹੀਦਾ। ਹਿਮਾਚਲ ਦੇ ਵਿੱਚ ਤੁਸੀਂ ਚਲੇ ਜਾਓ, ਜੇ ਸੜਕ ਦੇ ਦੁਪਾਲੇ ਬਜਾਲੇ ਦਰਖਤ ਲੱਗਿਆ ਨਾ ਉਹ ਵੀ ਕੱਟਿਆ ਨਹੀਂ, ਸਮਝਣਾ ਨਾ। ਆਓ ਇੱਥੇ ਸਾਡੀ ਕੋਈ ਰੋਕ ਨਹੀਂ ਹੈ, ਨਹੀਂ ਇਹ ਪ੍ਰੋਬਲਮ ਹੈ, ਲੱਗਦੇ ਦਰਖਤ ਘੱਟ ਹੈ। ਸੋ ਜਿੰਨੇ ਵੀ ਦਰਖਤ ਲੱਗ ਜਾਣ ਓਨਾ ਹੀ ਵਧੀਆ ਹੈ ਇਨਵਾਇਰਮੈਂਟ ਵਾਸਤੇ। ਬਾਕੀ ਰਹੇਗੀ ਧਰਤੀ, ਧਰਤੀ ਅਸੀਂ ਯੂਟੀਲਾਈਜ਼ ਕੀਤੀ ਹੈ ਜਿੰਨੀ ਕਰੋਪ ਵਾਸਤੇ, ਵੀਟ ਔਰ ਰਾਈਸ ਵਾਸਤੇ ਬਹੁਤਾ ਕੀਤਾ ਸਾਰਾ, ਨਾ ਜਿਹੜਾ ਅੰਨ ਦਾ ਘਾਟਾ ਜਿਹੜਾ ਉਹ ਪੰਜਾਬ ਨੇ ਪੂਰਾ ਕੀਤਾ। ਹੁਣ ਇੰਨਾ ਜ਼ਿਆਦਾ ਹੋ ਗਿਆ ਅੰਨ ਸਾਡੇ ਕੋਲ, ਤੁਸੀਂ ਇਮੈਜਿਨ ਕਰਦੇ ਕਿ ਪਿਛਲੇ ਸਾਲ ਦੇ ਵਿੱਚ 13 million tons ਰਾਈਸ ਐਕਸਪੋਰਟ ਕੀਤਾ, 2 million tons ਵੀਟ, 15 million tons ਫੂਡ ਗ੍ਰੇਨ ਇੰਡੀਆ ਨੇ ਐਕਸਪੋਰਟ ਕੀਤੇ ਆ, ਔਰ ਘਾਟਾ ਖਾ ਕੀਤੇ, ਸਾਰਾ ਘਾਟਾ ਖਾ ਕੀਤੇ, ਉਨੀ ਪ੍ਰੋਡਕਸ਼ਨ ਘੱਟ ਹੋ ਸਕਦੀ ਹੈ। ਉਹਦੇ ਵਿੱਚ ਜਿਹੜੀ ਆ ਅਸੀਂ ਜਿਹੜੀ ਆ ਜ਼ਮੀਨ ਦੇ ਵਿੱਚ ਇੰਨੇ ਇਨਸੈਕਟੀਸਾਈਡ ਪੈਸਟੀਸਾਈਡ ਕੈਮੀਕਲ ਪਾਏ ਹੋਏ ਆ, ਇਹ ਕਿਸਮ ਦੀ ਪੋਇਜ਼ਨ ਕੀਤੀ ਪਈ ਆ ਧਰਤੀ, ਉਸਦਾ ਨਤੀਜਾ ਹੈ ਕਿ ਜਿਹੜੀ ਬਰਸਾਤ ਪੈਂਦੀ ਆ ਜਦ ਉਹ ਪਾਣੀ ਧਰਤੀ ਚੀਰਦਾ ਹੈ ਅਤੇ ਉਹ ਥੱਲੇ ਪਾਣੀ ਨੂੰ ਜ਼ਹਿਰੀਲਾ ਕਰਦਾ, ਉਹਨਾਂ ਪਾਣੀ ਵਰਤਦਾ। ਹੁਣ ਸਾਡੀ ਜਿਹੜਾ ਪੀਣ ਵਾਲਾ ਪਾਣੀ ਆ ਕਿਤੇ ਉਹ ਵੀ 300 feet ਤੋਂ ਥੱਲਿਓਂ ਮਿਲਦਾ, ਉੱਥੋਂ ਨਹੀਂ ਮਿਲਦਾ ਜਿੱਥੇ ਖੇਤੀ ਹੁੰਦੀ ਹੈ। ਔਰ ਸਮਰਸੀਬਲ ਪੰਪ ਅਸੀਂ ਲਾ ਲਾ ਕੇ ਇੱਥੇ ਤੱਕ ਪਹੁੰਚ ਗਿਆ, ਇੱਕ ਬੰਦੇ ਨੇ 500 feet ਤੱਕ ਲਾਤਾ ਪਾਣੀ ਥੱਲੇ ਤੁਰਿਆ ਜਾ ਰਿਹਾ, ਔਰ ਜ਼ਮੀਨ ਦੀ ਜਿਹੜੀ
ਅੱਗੇ ਪੈਸਟੀਸਾਈਡ ਕੈਮੀਕਲਸ ਹੈ ਉਹ ਅਸੀਂ ਰੀਚਾਰਜ ਨਹੀਂ ਕਰ ਸਕਦੇ ਥੱਲੇ ਦੇ ਪਾਣੀ ਨੂੰ ਉੱਪਰ ਉੱਪਰ ਜਿਹੜਾ ਰਹੂਗਾ ਉਹ ਪੋਇਜ਼ਨ ਹੋ ਜਾਂਦੀ ਹੈ ਸੋ ਧਰਤੀ ਖਰਾਬ ਹੋ ਗਈ ਪਾਣੀ ਖਰਾਬ ਹੋ ਗਿਆ ਜੇ ਅਸੀਂ ਪਰਾਲੀ ਸਾੜਦੇ ਹਾਂ ਜਾਂ ਉਹਦੇ ਨਾਲ ਸਾਡੀ ਏਅਰ ਪੋਲਿਊਸ਼ਨ ਹੁੰਦੀ ਹੈ ਬਹੁਤ ਜ਼ਿਆਦਾ ਤੁਹਾਨੂੰ ਪਤਾ 3 ਸਾਲ ਤਾਂ ਮੈਂ ਵੀ ਦੇਖਿਆ ਕਿ ਵੀ ਉੱਪਰ ਬੱਦਲ ਆ ਗਿਆ ਥੱਲੇ ਪਰਾਲੀ ਸਾੜਤੀ ਉਹ ਟਰੈਪ ਹੋ ਗਿਆ ਧੂੰਆਂ ਅੰਦਰ ਵੜ ਕੇ ਲੋਕਾਂ ਨੇ ਗੁਜ਼ਾਰਾ ਕੀਤਾ ਜੇ ਹੋਰ 5-4 ਘੰਟੇ ਮੀਂਹ ਨਾ ਪੈਂਦਾ ਬਰਸਾਤ ਨਾ ਤਾਂ ਬਹੁਤ ਸਾਰੀਆਂ ਮੌਤਾਂ ਹੋ ਜਾਣੀਆਂ ਸੀ ਇੰਨੀ ਸੀਰੀਅਸ ਚੀਜ਼ ਹੈ ਪੰਜਾਬ ਦੇ ਉੱਤੇ ਬਲੇਮ ਲੱਗਦਾ ਵੀ ਧਰਤੀ ਜਿਹੜੀ ਦਿੱਲੀ ਨੂੰ ਜਿਹੜਾ ਉਹ ਜਾਂਦਾ ਧੂੰਆਂ ਜਾਂਦਾ ਪਾਕਿਸਤਾਨ ਨੇੜੇ ਉੱਧਰ ਨੂੰ ਨਹੀਂ ਜਾਂਦਾ ਪਤਾ ਨਹੀਂ ਕਿਉਂ ਨਹੀਂ ਜਾਂਦਾ ਦਿੱਲੀ ਵੱਲ ਨੂੰ ਜਾਂਦਾ ਹੈ ਜਦ ਆਪਣੇ ਮੁਲਕ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ ਕਿਉਂਕਿ ਉਹਨਾਂ ਕਦੇ ਕੰਪਲੇਂਟ ਨਹੀਂ ਕੀਤੀ ਵੀ ਧੂੰਆਂ ਥੋੜ੍ਹਾ ਸਾਡੇ ਵੱਲੋਂ ਆਉਂਦਾ ਚਲੋ ਮੇਰਾ ਮਤਲਬ ਇੱਥੇ ਹਾਲਤ ਸਾਡੀ ਸੀਰੀਅਸ ਹੈ ਪਾਣੀ ਪੋਲਿਊਟ ਵੀ ਹੁੰਦਾ ਜਾ ਰਿਹਾ ਪਾਣੀ ਧਰਤੀ ਦੇ ਥੱਲੇ ਥੱਲੇ ਵੀ ਤੁਰਿਆ ਜਾ ਰਿਹਾ ਕਿਉਂ ਅਸੀਂ ਜਿਹੜੀ ਸਾਡੀ ਕ੍ਰੋਪ ਪ੍ਰੋਡਕਸ਼ਨ ਹੈ ਨਾ ਸਾਡਾ ਪੈਟਰਨ ਉਹਦੀ ਜਿਹੜਾ 80% ਪਾਣੀ ਜੇ 75 ਤੋਂ 80% ਉਹ ਅਸੀਂ ਧਰਤੀ 'ਚੋਂ ਕੱਢਦੇ ਹਾਂ ਜਿਹੜਾ ਪਾਣੀ ਸਾਨੂੰ ਅਲੋਟ ਹੋਇਆ ਜਾਂ ਸਭ ਤੋਂ ਪਾਣੀ ਬਾਕੀ ਖੋਹ ਲਿਆ ਗਿਆ ਉਹ ਸਾਡੇ ਸਿਰਫ 20 ਤੋਂ 25% ਕ੍ਰੋਪ ਦਾ ਪੂਰਾ ਕਰਦਾ ਤਾਂ 75 ਤੋਂ 80% ਦੇ ਹਿਸਾਬ ਨਾਲ ਅਸੀਂ ਪੰਪ ਕਰਦੇ ਹਾਂ ਲੇਕਿਨ ਪਾਣੀ ਬੰਨ੍ਹ ਦਿੱਤਾ ਗਿਆ ਸਤਲੁਜ ਕੈਨਾਲ ਬਣ ਗਈ ਹੈਂ ਜਿਹੜੇ ਚੋਅ ਆ ਉਹ ਬੰਨ੍ਹ ਦਿੱਤੇ ਹੜ੍ਹ ਆਉਂਦਾ ਨਹੀਂ ਪਾਣੀ ਜਿਹੜਾ ਉਹ ਰੀਚਾਰਜ ਹੁੰਦਾ ਨਹੀਂ ਪਾਣੀ ਥੱਲੇ ਤੁਰੇ ਜਾਂਦਾ ਯਾਨੀ ਆਪਾਂ ਰੇਗਿਸਤਾਨ ਨਾਲ ਨੂੰ ਵੱਧ ਰਹੇ ਹਾਂ ਬੜਾ ਫਾਸਟ ਔਰ ਉੱਥੇ ਸੋਨੇ ਅਤੇ ਸੁਹਾਗੇ ਦਾ ਕੰਮ ਇਹ ਕੀਤਾ ਹੋਇਆ ਕਿ ਸਾਡੀ ਸਰਕਾਰ ਨੇ ਪਾਰਟੀਆਂ ਨੇ ਚਾਹੇ ਉਹ ਅਕਾਲੀ ਆ ਅਤੇ ਚਾਹੇ ਉਹ ਕਾਂਗਰਸੀ ਆ ਬਾਦਲ ਸਾਹਿਬ ਹੈ ਜਾਂ ਅਮਰਿੰਦਰ ਸਿੰਘ ਹੈ ਉਹਨਾਂ ਨੂੰ ਵੋਟ ਚਾਹੀਦੇ ਆ ਸਮਝਿਆ ਨਾ ਪੰਜਾਬ ਦਾ ਕੀ ਬਣਦਾ ਪਾਣੀ ਦਾ ਕੀ ਬਣਦਾ ਕੁਝ ਨਹੀਂ ਹੈ ਉਹਦੇ ਕਰਕੇ ਜੋ ਪੋਲਿਸੀਆਂ ਹੈਗੀਆਂ ਉਹ ਤਬਾਹ ਕਰੀ ਜਾ ਪਰ ਇਹ ਤਾਂ ਸਾਨੂੰ ਮੰਨ ਕੇ ਚੱਲਣਾ ਪਊਗਾ ਕਿ ਐਗਰੀਕਲਚਰ ਸੈਕਟਰ ਕਿਸੇ ਵੀ ਕੰਟਰੀ ਦਾ ਨਹੀਂ ਬਚ ਸਕਦਾ ਸਬਸਿਡੀ ਤੋਂ ਬਗੈਰ ਪਰ ਕੁਐਸਚਨ ਇਹ ਹੁੰਦਾ ਸਬਸਿਡੀ ਦਿੰਦੇ ਕਿੱਦਾਂ ਹੈ ਕਾਹਦੀ ਦਿੰਦੇ ਅਮਰੀਕਾ ਜਿਹੜਾ ਆ ਉਹ 22-24 ਬਿਲੀਅਨ ਡਾਲਰਸ ਦੀ ਸਬਸਿਡੀ ਦਿੰਦਾ ਫਾਰਮ ਸੈਕਟਰ ਨੂੰ ਔਰ 1.5% ਆਬਾਦੀ ਜਿਹੜੀ ਆ ਉਹ ਫਾਰਮ ਦਿੰਦੇ ਆ ਸਾਡੀ ਪਿੰਡ ਵਾਲੀ ਦਾ ਸੈਕਟ 65% ਦੇ ਕਰੀਬ ਸਾਡੀ ਪੇਂਡੂ ਆਦੀ ਹੈ ਸਮਝਿਆ ਨਾ ਔਰ ਅਸੀਂ ਉਹਨਾਂ ਪੈਸਾ ਤਾਂ ਦੇ ਨਹੀਂ ਸਕਦੇ ਪਰ ਜਿੰਨਾ ਦਿੰਦੇ ਹਾਂ ਉਹ ਗਲਤ ਤਰੀਕੇ ਨਾਲ ਦਿੰਦੇ ਹਾਂ ਗਲਤ ਚੀਜ਼ ਦਿੰਦੇ ਜਿਹਦੇ ਨਾਲ ਪਾਣੀ ਵੀ ਖਰਾਬ ਹੋ ਰਿਹਾ ਧਰਤੀ ਵੀ ਖਰਾਬ ਹੋ ਰਹੀ ਸਭ ਖਰਾਬ ਹੋ ਰਿਹਾ ਗਰਾਊਂਡ ਵਾਟਰ ਲੈਵਲ ਥੱਲੇ ਜਾ ਰਿਹਾ ਇਹਦੇ ਵਿੱਚ ਆਪਣੀ ਕ੍ਰੋਪ ਪੈਟਰਨ ਦੀ ਪ੍ਰੋਬਲਮ ਹੈ ਐਗਰੀਕਲਚਰ ਦੀ ਕਿਸੇ ਹੋਰ ਸਰਟਨਲੀ ਦੇਖੋ ਸਾਡੀਆਂ 2 ਕ੍ਰੋਪਸ ਨੇ ਜਿਹੜਾ ਤਾਂ ਅਸੀਂ ਸਾਡੇ ਕਰਦੇ ਵੀਟ ਔਰ ਰਾਈਸ ਵੀਟ ਐਡੀ ਵੱਡੀ ਪ੍ਰੋਬਲਮ ਨਹੀਂ ਹੈ ਉਹ 3 ਪਾਣੀ ਮੰਗਦੀ ਹੈ ਬੜੀ ਗੱਲ 4 ਲੱਗ ਜਾਣਗੇ ਜਿਹੜੀ ਝੋਨਾ ਹੈ ਉਹ ਤਾਂ ਲਗਾਤਾਰ ਪਾਣੀ ਖੜ੍ਹਾ ਔਰ ਝੋਨੇ ਦੇ ਮੌਸਮ 'ਚ ਪਾਣੀ ਜਿਹੜਾ ਇਹ ਥੱਲੇ ਜਾਂਦਾ ਸਮਝਿਆ ਨਾ ਇਹਦੀ ਵੇਪਰ ਟਰਾਂਸਮਿਸ਼ਨ ਦੀ ਇੰਨੀ ਰਿਕੁਆਇਰਮੈਂਟ ਹੈ ਤੂੰ ਪਾਣੀ ਪੰਪ ਕਰੀ ਜਾ ਰਿਹਾ ਥੱਲੇ ਜਿਹੜਾ ਆ ਹਾਰਡ ਪੈਨ ਬਣਿਆ ਆ ਪਾਣੀ ਅਬਜ਼ੋਰਬ ਤਾਂ ਹੁੰਦਾ ਨਹੀਂ ਜਿਹੜਾ ਪਾਣੀ ਝੋਨਾ ਗਰੋ ਕਰੂਗਾ ਤਾਂ ਬਾਕੀ ਦਾ ਉੜਦਾ ਸੋ ਤਕਰੀਬਨ 3 ਮਹੀਨੇ ਤੁਹਾਡਾ ਜਿਹੜਾ 2.5 ਮਿਲੀਅਨ ਏਕੜ ਤੋਂ ਵੀ ਪਰਸ ਜਿਹੜੀ ਜ਼ਮੀਨ ਹੈ ਉਹ ਸ਼ੈਲੋ ਲੇਕ ਬਣੀ ਹੋਈ ਹੈ ਠੀਕ ਹੈ ਨਾ ਲੇਕ ਦੀ ਸਰਫਸ ਹੀ ਚਾਹੀਦੀ ਆ ਡੂੰਘੀ ਪਾਵਾਂ ਹੋਵੇ ਕਿੰਨਾ ਹੋਵੇ ਸ਼ੈਲੋ ਲੇਕ ਬਣੀ ਪਾਣੀ ਖੜ੍ਹਾ ਉੱਤੋਂ 40-45 ਡਿਗਰੀ ਟੈਂਪਰੇਚਰ ਆ ਜਾਂਦਾ ਹਿਊਮਿਡਿਟੀ ਜਿਹੜੀ 95% ਤੱਕ ਚਲੀ ਜਾਂਦੀ ਹੈ ਟੈਂਪਰੇਚਰ 40-45 ਹਿਊਮਿਡਿਟੀ 95% ਇਹ ਤਾਂ ਬੰਦਾ ਜੀਣ ਜੋਗਾ ਹੀ ਨਹੀਂ ਰਹਿੰਦਾ ਇੱਥੇ
ये पंजाबी तगड़े ही है जो चली जाते हैं वरना ये मौत का नतीजा है किसम लाइफ तबाह होती है। फिर असी झोने पानी देने लई बाकी जिहड़ा एग्री दूसरा बिजनेस सैक्टर है होम सैक्टर है इंडस्ट्री सैक्टर है इहदी बिजली कट करते हैं इन्हों दिने प्रोडक्टिव सिस्टम तो नॉन प्रोडक्टिव सिस्टम जो कोई कीमत कोई नहीं रिवर्स करते हैं। थोड़ी इंडस्ट्री सफर करती है थोड़ी बिजनेस सफर करती है थोड़ा डोमेस्टिक सफर करती है फिर वो जी जो डिवर्ट करते हैं बिजली में वह पैसा भी कोई नहीं आता और वो जी पानी खिंची जाती है समझे ना एक साइकिल बनया हुआ जिन्होंने असं रियलाइज नहीं कर रहे आ प्रॉब्लम है। देखो तरीके है मैं ये समझदा कि मैं इतने इस इलेक्शन तो पहला एक मैं लैक्चर दिता सी रात लोक सिंह मेमोरियल लैक्चर इतने सेंटर फॉर रिसर्च एंड रूरल इंडस्ट्री डिवेलपमेंट चंडीगढ़ दिता एक इतना हिंदुस्तान तो कोई तकरीबन 200 स्कॉलर आया सगा उसने पंजाब के डिवेलपमेंट एजेंडा लीड ऑन किया मैं उसमें सारिया चीज़ा है उसमें मैं सारा पानी का किदा बचा जमीन को किदा बचा फार्मर की इनकम किदा करनी है छोटे फार्मर जो ये इनकम नहीं दे सकते सब कुछ दिता सी लेकिन किसी ने परवाह नहीं की। हुण सवाल यही पैदा होंदा कि इनू आपां पानी किदां बचाईए आपां जमीन किदां बनाईए आपां इहदे लई तां भाई आपां नूं जिहड़ा झोना अगर खत्म नहीं करना तो कट करना पवेगा। मेरी जिहड़ी 2002 की रिपोर्ट सी उहदे विच मैं कहा सी कि साडी जिहड़ी कैरिंग कपैसिटी है वाटर की जिहना वाटर लैवल जिहड़ा रिवर्स नहीं हुंदा वो मैक्सीमम 1.5 मिलियन हेक्टेयर की है मैक्सीमम असी 2.5 मिलियन तो उपर करते हैं सो घट्टो घट 1 मिलियन हैक्टेयर जमीन जिन्ना चक साडी झोने थले नहीं निकलती उन्नी देर साडा पानी का बैलेंस ठीक नहीं होना ये मिनीम है। वैसे तो झोना पंजाब की क्रॉप ही नहीं है पूछो तो मैं टोटली खत्म हो जाए तो बच जावे पर प्रॉब्लम तो है कि अल्टरनेटिव की है समझे ना वो अल्टरनेट का तरीका ये सीगा मैं जब इतने दिल्ली गवर्नमेंट में मैं सेंटर गवर्नमेंट को कहा भी तुम हर साल ऐसी 15 मिलियन टन एक्सपोर्ट किया 13-14 उदो 5 मिलियन टन थी सो उन्होंने पिछले 5 साल 25 मिलियन टन झोना तो कणक जी 10 मिलियन टन कणक एक्सपोर्ट की और घाटा की थी बहुत सारी कह रही प्राइस जी बिलो पावर्टी लाइन प्राइस जी उदू भी कटते बेची सी वो मैं उन्होंने कहा सेंटर मैं आप गया सी फूड मिनिस्ट्री ने गल की सी मैंने कहा जिन्ना कि तुसी एक्सपोर्ट करते हो राइस उन्नी से प्रोडक्शन घटा दें 14,000 करोड़ की उदो ऑयल सीड पल्सिस ऑयल इंपोर्ट करते लेकिन उन्नी थानू उस राहत मिल जाऊगी तो साडा पानी बच जाऊ साड़ी धरती बच जाऊ ऑयल सीड क्रॉप एक दो देने की लोड़ होंगी है फिर मैं कंपनसेट करो फार्मर्स मैं उदों जो पैसा मंगया सी 1600 करोड़ रुपया मंगया सारा डाइवर्सिफिकेशन हाँ सारा सिस्टम बना के दिता सी कि पर एकड़ असी किन्ने पैसे देंगे पंचायत एडमिनिस्ट्रेशन किन्नी होगी सारिया चीज़ा करके किस तरह चलेगा पूरा नक्शा बना दिता नहीं हवा च गल नहीं सी एडमिनिस्ट्रेटिव स्ट्रक्चर भी बना दिता इदा करेंगे जिन्हें असी 1 मिलियन मतलब 2.5 लाख एकड़ जमीन जी है वो झोने थलू कढ लाँगे वो जो फार्मर लिबर्टी देंगे जो मर्जी ग्रो करे पर प्रैफर करेंगे ऑयल सीड पल्स ग्रो करे मसला झोने का सी
ਮੱਕੀ ਦਾ ਉਹ ਨਹੀਂ ਸੀ। ਹੁਣ ਤਾਂ ਉਦੋਂ ਵੀ ਗੰਭੀਰ ਹੋਇਆ। ਹੁਣ ਜੇ ਇੱਕ ਸਾਲ ਦੇ ਵਿੱਚ 13 ਲੱਖ ਮਿਲੀਅਨ ਐਕਸਪੋਰਟ ਕੀਤਾ ਤਾਂ ਮਤਲਬ ਸਾਡੇ ਕੋਲ ਇੰਨੇ ਗ੍ਰੇਨ ਹੋ ਗਏ, ਸਵਾਲੇ ਨਹੀਂ ਜਾਂਦੇ। ਸੋ ਗਵਰਨਮੈਂਟ ਨੂੰ ਬਜਾਏ ਦੇ ਕਿ ਆਇਲ ਸੀ ਬਾਹਰੋਂ ਇੰਪੋਰਟ ਕਰੇ, ਉਹ ਉਹਨਾਂ ਚੌਲਾਂ ਦਾ ਰਕਬਾ ਘਟਾ ਕੇ ਉਹਦੇ 'ਤੇ ਆਇਲ ਸੀ ਪਲਸ ਪ੍ਰਮੋਟ ਕਰੇ, ਫਾਰਮਰ ਨੂੰ ਕੰਪਨਸੇਟ ਕਰੇ, ਪਾਣੀ ਵੀ ਬਚ ਜਾਊ, ਸੋਇਲ ਵੀ ਬਚ ਜਾਊ, ਹਵਾ ਵੀ ਬਚ ਜਾਊ। ਇਹ ਪ੍ਰੋਗਰਾਮ ਲੇਕਰ ਮਤਲਬ ਪ੍ਰੈਕਟੀਕਲੀ ਇੰਪਲੀਮੈਂਟ ਹੋ ਸਕਦਾ, ਕਿਉਂਕਿ ਮੈਂ ਸਾਰੀ ਸਟਰਕਚਰ ਬਣਾ ਕੇ ਦਿੱਤੀ ਸੀ, ਪਰ ਇਸ ਪਾਸੇ ਨੂੰ ਗੱਲ ਨਹੀਂ ਕਰਦੇ। ਮੈਂ ਤੁਸੀਂ ਕੀ ਕਰ ਸਕਦੇ ਹਾਂ ਜਿਹੜੀ ਜਿੱਦਾਂ ਤੁਸੀਂ ਕਹਿੰਦੇ ਕਿ ਇਹਦੇ ਜਿਹੜਾ ਕ੍ਰੋਪ ਪੈਟਰਨ ਚੇਂਜ ਕਰਨ ਦੀ ਗੱਲ ਸੀ, ਹੈ ਨਾ, ਕਿ ਉਹ ਇੱਕ ਜਿੰਨਾ ਇਕੋਲੋਜੀਕਲ ਬੈਲੈਂਸ ਵੀ ਬਣਿਆ ਰਹੇ ਅਤੇ ਇਕੋਨਮੀ ਦੇ ਵਿੱਚ ਵੀ ਉਹਨਾਂ ਫਰਕ ਨਾ ਪਏ, ਉਹ ਆਪਸ਼ਨਸ ਅਵੇਲੇਬਲ ਹੈਗੀਆਂ। ਫਿਰ ਤੁਸੀਂ ਗੱਲ ਆ ਰਹੀ ਕਿ ਪੋਲੀਟੀਕਲ ਵਿਲ ਦੀ ਘਾਟ ਹੈ। ਐਬਸੋਲੂਟਲੀ ਪ੍ਰੋਬਲਮ ਇਹ ਆ, ਮਾਫ਼ ਕਰਨਾ ਮੈਂ ਪੁੱਠੇ ਲਫ਼ਜ਼ਾਂ 'ਚ ਤੁਹਾਨੂੰ ਕਹਿ ਰਿਹਾ, ਸਾਡਾ ਪੋਲੀਟੀਸ਼ੀਅਨ ਹੈ ਪੈਟੀ ਪੋਲੀਟੀਸ਼ੀਅਨ, ਸਮਾਲ ਟਾਈਮ ਪੋਲੀਟੀਸ਼ੀਅਨ ਹੈ। ਦੇਰ ਇਜ਼ ਨੋ ਸਟੇਟਸਮੈਨ ਇਨ ਦੀ ਸਟੇਟ, ਉਹਨੂੰ ਸਿਰਫ ਨੈਕਸਟ ਦੀਆਂ ਵੋਟਾਂ ਦੀ ਲੋੜ ਹੈ, ਭਾਵੇਂ ਪੁੱਠਾ ਪੜਾਉਣ ਲੰਮਾ ਪੈਣਾ ਪਵੇ, ਹੈਂ। ਲੇਕਿਨ ਅਗਲੀ ਜਨਰੇਸ਼ਨ ਲੌਂਗ ਟਰਮ ਨਹੀਂ ਸੋਚਦਾ, ਉਹਦੀ ਕਪੈਸਿਟੀ ਨਹੀਂ ਸੋਚਣ ਦੀ ਜਾਂ ਉਹਦੀ ਨੀਤ ਨਹੀਂ ਸੋਚਣ ਦੀ, ਪੋਲੀਟੀਕਲ ਵਿਲ ਹੀ ਹੈ ਨਹੀਂ ਹਾਰਡ ਡਿਸੀਜਨ ਦੇ ਲੈਣ ਨੂੰ। ਖਸਮਾਂ ਨੂੰ ਖਾਏ ਪੰਜਾਬ, ਖਸਮਾਂ ਨੂੰ ਖਾਏ ਧਰਤੀ, ਖਸਮਾਂ ਕਿ ਸਾਨੂੰ ਤਾਂ ਵੋਟ ਚਾਹੀਦੇ ਆ, ਵੋਟ ਲੈ ਕੇ ਲੁੱਟਣਾ ਆਇਆ ਬਸ। ਮਾਫੀਆ ਰੂਲ ਕਰ ਰਿਹਾ ਇਸ ਵੇਲੇ, ਬਜਰੀ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਇਲੈਕਟ੍ਰੋਨਿਕ ਮਾਫੀਆ, ਲੈਂਡ ਮਾਫੀਆ, ਉਹਨਾਂ ਦੇ ਸਰਤਾਜ ਜਿਹੜੇ ਆ ਅਸੈਂਬਲੀ 'ਚ ਬੈਠੇ ਆ, ਸਾਡੇ ਇਲੈਕਟ ਕੀਤੇ ਹੋਏ, ਹੋਸ਼ ਤਾਂ ਸਾਨੂੰ ਨਹੀਂ। ਹਰ ਇੰਨੇ ਕੱਪੜੇ ਨਿਕਲਦੇ ਆ, ਅਸੀਂ ਫਿਰ ਵੋਟ ਉਹਨਾਂ ਨੂੰ ਪਾਈ ਜਾਂਦੇ ਹਾਂ, ਬੱਲੇ ਬੱਲੇ ਹਲਾ 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 ਹਲਾ। ਦਿਸ ਵਟ ਵੀ ਡਿਜ਼ਰਵ, ਸਾਡੀ ਹਾਲਤ ਇਹੀ ਹੈ। ਸੋ ਐਨੀਵੇ, ਮੇਰਾ ਕਹਿਣ ਤੋਂ ਮਤਲਬ ਐਸੀ ਗੱਲ ਨਹੀਂ ਵੀ ਸਲਿਊਸ਼ਨ ਹੋ ਨਹੀਂ ਸਕਦਾ, ਲੇਕਿਨ ਸਲਿਊਸ਼ਨ ਕਰਨ ਦੀ ਨੀਤ ਚਾਹੀਦੀ ਹੈ ਔਰ ਗਟਸ ਚਾਹੀਦੇ ਨੇ, ਪੋਲੀਟੀਕਲ ਵਿਲ ਚਾਹੀਦੀ ਹੈ ਹਾਰਡ ਡਿਸੀਜਨ ਲੈਣ ਦੀ, ਔਰ ਲੋਕਾਂ ਨੇ ਮੂਹਰੇ ਮੈਂਟੈਲਿਟੀ ਚਾਹੀਦੀ ਹੈ ਕਿ ਹਾਂ ਬਈ ਅਸੀਂ ਬਚੀ ਤਾਂ ਆ ਸਕਦੇ ਹਾਂ ਜੇ ਆ ਕੁਛ ਹੋਊਗਾ ਤਾਂ। ਜਿੰਨੀ ਦੇਰ ਨਹੀਂ ਹੁੰਦੀ ਉਨ੍ਹਾਂ ਚਿਰ ਵੀ ਠੀਕ ਹੈ, ਹੋਰ 10 ਸਾਲਾਂ ਨੂੰ ਰੇਗਿਸਤਾਨ ਬਣ ਜਾਊ, ਬੱਚਿਆਂ ਨੂੰ ਪਾਣੀ ਪੀਣ ਨਹੀਂ ਮਿਲੂਗਾ ਤੁਹਾਡਿਆਂ ਨੂੰ, ਉਹ ਤੁਸੀਂ ਬੱਚਿਆਂ ਦਾ ਖਾ ਰਹੇ ਹੋ ਇਸ ਵੇਲੇ, ਆਪਣਾ ਤਾਂ ਖਾ ਬੈਠੇ ਹਾਂ, ਤੁਹਾਡੇ ਬਜ਼ੁਰਗ ਖਾ ਗਏ ਕੁਛ, ਕੁਛ ਤੁਸੀਂ ਖਾ ਰਹੇ ਹੋ, ਅਗਲਾ ਕੰਮ ਖਤਮ। ਜਦ ਮੈਂ ਗੱਲ ਕਰਦਾ ਤਾਂ ਮੈਨੂੰ ਇੱਕ ਤਾਂ ਸਵਾਲ ਕੀਤਾ ਸੀ, ਕਾਫੀ ਵੱਡੀ ਗਲਤੀ ਸੀ, ਫਿਰ ਡਾਕਟਰ ਸਾਹਿਬ ਕੀ ਵੇਚੀਏ, ਸਵਾਲ ਤਾਂ ਬੜਾ ਤਕੜਾ। ਮੈਂ ਕਿਹਾ ਵੀ ਮੈਨੂੰ ਨਹੀਂ ਪਤਾ, ਤੁਸੀਂ ਉਹ ਬੀਜੋ ਜਿਹੜਾ ਪਾਣੀ ਖਤਮ ਹੋਣ ਤੋਂ ਬਾਅਦ ਹੋਣਾ, ਉਹ ਬੀਜ ਲਓ, ਹੁਣ ਬੀਜ ਲਓ, ਪਾਣੀ ਖਤਮ ਕਰਕੇ ਵੀ ਤਾਂ ਬੀਜੋਗੇ ਹੀ ਕੁਛ, ਧਰਤੀ ਖਾਲੀ ਤਾਂ ਰਹਿਣੀ, ਉਹ ਹੁਣ ਬੀਜ ਲਓ, ਪਾਣੀ ਬਚਾ ਲਓ। ਸੋ ਆਹ ਚੀਜ਼ ਹੈ, ਜਿੰਨਾ ਚਿਰ ਸਾਡੀ ਇਹ ਮਨਸ਼ਾ ਨਹੀਂ ਨਾ ਬਣਦੀ ਕਿ ਅਸੀਂ ਆਪਣਾ ਪਾਣੀ ਬਚਾਉਣਾ, ਅਸੀਂ ਆਪਣੀ ਧਰਤੀ ਬਚਾਉਣੀ ਹੈ, ਅਸੀਂ ਆਪਣੇ ਬੱਚਿਆਂ ਲਈ ਕੁਛ ਛੱਡ ਕੇ ਜਾਣਾ, ਉਨੀ ਦੇਰ ਕੁਛ ਨਹੀਂ ਹੋਣਾ। ਆਇਆ ਸਿਚੁਏਸ਼ਨ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਪੁੱਛੂਗਾ ਕਿ ਗਵਰਨਮੈਂਟ ਦੇ ਲੈਵਲ 'ਤੇ ਆਪਾਂ ਨੂੰ ਪਤਾ ਕਿ ਜਿਹੜੀ ਖਾਸ ਕਰ ਅਸੀਂ ਪੰਜਾਬ ਸੂਬੇ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ, ਪੋਲੀਟੀਕਲ ਲੀਡਰਸ਼ਿਪ ਦੀ ਪਤਾ ਵੀ ਉਹ ਪੈਟੀ ਹੈ, ਜਿਹੜਾ ਇੱਥੇ ਦਾ ਕਿਸਾਨ ਹੈਗਾ ਉਹ ਜਿਸ ਤਰੀਕੇ ਦਾ ਲਾਈਫ ਸਟਾਈਲ ਹੋ ਗਿਆ ਉਹਦੇ ਵਿੱਚ ਉਹ ਇਕਨੋਮਿਕਲੀ ਕਰਜ਼ੇ 'ਚ ਹੈ। ਇੱਕ ਸੈਕਸ਼ਨ ਪੰਜਾਬ ਦਾ ਹੈਗਾ ਜਿਹੜਾ ਬਹੁਤ ਜ਼ਿਆਦਾ ਚਿੰਤਤ ਵੀ ਰਹਿੰਦਾ ਪੰਜਾਬ ਪ੍ਰਤੀ ਅਤੇ ਪੰਜਾਬ ਦੇ ਹੱਲ ਕੱਢਣ ਲਈ ਐਕਟਿਵ ਵੀ ਰਹਿੰਦਾ, ਉਹ ਹੈਗਾ ਜਿਹੜੇ ਸਾਡੇ ਪ੍ਰਵਾਸੀ ਪੰਜਾਬੀ, ਉਹਨਾਂ ਤੋਂ ਤੁਹਾਨੂੰ ਕੋਈ ਇਹਦੇ ਸੰਬੰਧੀ ਕੋਈ ਤਵੱਕੋ ਕੋਈ ਸੁਨੇਹਾ ਹੈ? ਦੇਖੋ ਮੈਂ ਇੱਕ ਮੈਂ ਅਤੇ ਆਪਣੇ ਬ੍ਰਿਗੇਡੀਅਰ ਆਪਣਾ ਮੋਹਨ ਸਿੰਘ ਹੈਗਾ, ਉਹਨਾਂ ਅਸੀਂ ਦੋਵਾਂ ਨੇ ਇੱਕ ਆਰਟੀਕਲ ਲਿਖਿਆ ਸੀ, ਉਹਦੇ ਵਿੱਚ ਇਹ ਸੁਜੈਸਟ ਕੀਤਾ ਸੀ, ਅਪੀਲ ਕੀਤੀ ਸੀ ਰਾਦਰ NRIs ਨੂੰ ਵੀ ਤੁਸੀਂ ਖਾਂਦੇ ਪੀਂਦੇ ਹੋ ਇੱਥੇ, ਜੇ ਤੁਹਾਨੂੰ ਪੰਜਾਬ ਦਾ ਦਰਦ ਹੈ, ਤੁਹਾਡੀਆਂ ਜ਼ਮੀਨਾਂ ਨੇ ਇੱਥੇ ਥੋੜ੍ਹੀਆਂ ਥੋੜ੍ਹੀਆਂ ਸਹੀ, ਕਿਸੇ ਜ਼ਿਆਦਾ ਕਿ ਥੋੜ੍ਹੀ ਆ, ਮੋਸਟਲੀ ਥੋੜ੍ਹੀਆਂ ਜ਼ਮੀਨਾਂ ਵਾਲੇ ਗਏ ਆ, ਵੀ ਤੁਸੀਂ ਇਉਂ ਕਰੋ ਜਿਹੜਾ ਠੇਕੇ 'ਤੇ ਦਿੰਦੇ ਹਾਂ ਇੱਕ ਸ਼ਰਤ ਲਾ ਦਿਓ ਵੀ ਝੋਨਾ ਕਰੋ ਨਾ ਕਰੋ ਉਹਦੇ 'ਚ 4 ਪੈਸੇ ਘੱਟ ਮਿਲ ਜਾਣਗੇ, ਹੈਂ, ਅਤੇ ਉਹ ਤੁਸੀਂ ਅਫੋਰਡ ਕਰ ਸਕਦੇ ਹੋ, ਪੰਜਾਬ ਬਚ ਜਾਏਗਾ।
तो NRIs नूं मेरी ये बड़ी हाथ जोड़ के अपील है, थोड़ी सैक्रीफाइस करो, बहुता फर्क नहीं पैना, जो नई जगह को होर चीज़ कर लेंगे, तुसी ये शर्त ला दो भी साड़ी जमीन के उत्ते झोना नहीं करना, समझे ना, जे तुसी ये शर्त ला दोगे बहुत फर्क पेगा। तकरीबन पिंड हर पिंड 10-15% फैमिली बच्चे बाहर गए हुए हैं, जो बाहर समझे ना। हूँ मैं दसदा भी साढ़े, क्योंकि वी आर ए जॉइंट फैमिली, सारी कम जरा पिंड का सारा मेरे नाते चलता, मैं बड़ा उन्होंने कजन ब्रदर असी दो, साड़ी ट्रडिशनली असी जॉइंट फैमिली, सानू जॉइंट फैमिली के फैले फायदे दिसदे आ। तुसी इमेजिन करते हो कि मैं ब्याह करा के मेरा होने तो बाद मैं 9वीं दाखिल होया सी। हूँ ये फैमिली जॉइंट फैमिली सी जिसने सहार लिया और मैं इत तक पहुँच गया। ये न्यूक्लियस फैमिली लिए तो की मैं दो कदम पट सकता सी, थोड़िया बहुत तकलीफा होंदिया, पर जॉइंट फैमिली का जो बेस है ना बहुत चौड़ा होंदा, माफत आ भी जाए तो डिगती नहीं। जिहड़ा इंडिविजुअल है जो सिर ते करजा मर जाएगा, जे करजा फैमिली ते जॉइंट फैमिली ते वो नहीं मरेगी, समझे ना, वो सहार जाएंगे उन्हें। सो साड़ी जॉइंट फैमिली है, साढ़े दो बच्चे जड़े आ खेती करते हैं, साड़ी दुआ कजन ब्रदर की साड़ी जमीन सिर्फ 8 एकड़ है, और असी 50-60 एकड़ की खेती करते हैं, क्योंकि बहुत सारे लोग जड़े आ वो बाहर गए हुए हैं, अपने जमीन मिल जाती है 30,000 के उत्ते एकड़ मिल जाता, ते वो इन्नी मेहनत करते हैं। साड़ी तो जा किसी हवेली देख लो, साड़ी को 2 ट्रैक्टर खड़े है, 2 छोटी बड़ी ट्रालियाँ खड़िया, साड़े को सुपर सीडर खड़ा, साड़े को लैंड लैबलर खड़ा, साड़े को तूड़ी की मशीन खड़ी है, हैं, यू टाक ऑफ द इंप्लीमेंट वी हैव दैट अपना, और हूँ असी कंबाइन भी ले लें, 8 एकड़ के मालिक जॉइंट फैमिली कंबाइन ले लें, मेहनत है, असी मेहनत ही करते, साड़ी 3-3 एकड़ जमीन होंगी है, भैया रखे तो कोई भैया रखे उन्होंने, सिर्फ एक भैया रखे राखी रुखी माड़ा मोटा, भैया तो सिर्फ झोना लगाते हैं बस, और कोई नहीं, सारा काम आप करते हैं और वेले बैठे होंगे। सो मेरा कहने तो मतलब है असी मेहनत अच्छा तो जी मजे की गल दसदा, असी कदे पराली नूं अग नहीं लाई, नैवर टावे हलना दबा के कणक बीज दे दी है, हैं, साड़ी जी फसल है झोने की भी कणक की भी लोगों ने 2-3 बोरियां वाधू होंगी है, और क्वालिटी वो चंगी होंगी है कि साड़ी MSP तो भी उपर कणक जी बिकी है खाण, आओ इतने तरले मारद MSP हो जाए, साड़ी कितने 100 कितने 200 रुपया साड़ी झोने और MSP नो वाधू बिकी है, हैं, तो आप जो चले ये हल है, यदा मतलब हल है, लेकिन ये पोलीटिकल विल चाहिए। देखो एक मैं स्टेटमेंट थोड़ा देना चाहना, अगर दो पहली चीज़ है, वी डोंट नीड दीज पॉलिटिशियंस, वी नीड स्टेट्समैन, जिहड़ी अगली जनरेशन ही सोचण, लोंग टर्म सोचण, उन्होंने लालच जिहड़ा उन्होंने वोटा का ना हो, उन्होंने इस सूबे की डिवेलपमेंट का, ये रिसोर्स की प्रिजर्वेशन का, लोगों की इकनोमिक हालत को बेहतर करना उन्होंने मुद्दा हो, मन में हो, सोसायटी ने कारण सेवा कर, एक तो गल है। दूजी स्टेटमेंट मेरी यह है कि जो पॉलिटिक्स है ना, इट्स ए वेरी सीक्रेट एंड पावरफुल प्रोफेशन, सीक्रेट इस चीज़ के आ कि यहाँ सब कुछ ये डिपेंड करता थोड़ी मैंटैलिटी बन जाता, जब सीक्रेटनेस निकल जाती है ना, पावर तो रही है, ये तो भैड़ा पोलिट जरा प्रोफेशन नहीं है कोई, वो तबाह कर देता, असं उत्थे बैठे हैं, समझे ना, अनलैस अंटल
ਤੁਹਾਨੂੰ ਪਰਪਸ ਮਾਈਂਡਡ ਬੰਦੇ ਜਿਹਨਾਂ ਦਾ ਦਰਦ ਹੋਵੇ ਪੰਜਾਬ ਪੰਜਾਬੀਆਂ ਨਾਲ, ਜਿੰਨੀ ਦੇਰ ਉਹ ਨਹੀਂ ਆਉਂਦੇ ਉੰਨੀ ਦੇਰ ਤੁਹਾਡਾ ਕੱਖ ਨਹੀਂ ਬਣਨਾ। ਔਰ ਉਹਦੇ ਨਾਲ ਆ ਕਿ ਚਾਹੇ ਇੰਡੀਵਿਜੁਅਲ ਕਿੰਨੀ ਆਪਾਂ ਕੋਸ਼ਿਸ਼ ਕਰ ਲਈਏ, ਲੇਕਿਨ ਜਿਹਨਾਂ 'ਚ ਇੱਕ ਪੋਲਿਸੀ ਨਹੀਂ ਸਪੋਰਟ ਕਰਦੀ ਉਹਨੂੰ, ਉਹਨੇ ਦੇਰ ਅਸੀਂ ਕਾਮਯਾਬ ਨਹੀਂ। ਫਿਰ ਪੋਲਿਸੀ ਸਪੋਰਟ ਕਰਨ ਦਾ ਤੁਹਾਡੀ ਵਿਲ ਚਾਹੀਦੀ ਹੈ, ਤੁਹਾਡੇ ਗ੍ਰਿਡਸ ਚਾਹੀਦੇ, ਤੁਹਾਡੇ ਗੱਟਸ ਚਾਹੀਦੇ, ਉਹ ਹੈ ਨਹੀਂ। ਬਾਕੀ ਹੈ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ, ਇੰਡੀਵਿਜੁਅਲ ਐਫਰਟ ਇੰਨੀ ਹੋਣੀ ਚਾਹੀਦੀ ਹੈ ਕਿ ਜਿੱਥੇ ਤੱਕ ਹੋ ਸਕੇ, ਕਿਉਂਕਿ ਇਕਨੋਮਿਕਸ ਫਾਰਮਰ ਜੋ ਮਰਜ਼ੀ ਕਹਿ ਲਓ, ਉਹ ਬਹੁਤ ਭੋਲਾ ਆ, ਪਰ ਉਹ ਇਕਨੋਮਿਕਸ ਜਾਣਦਾ, ਉਹਨੂੰ ਪਤਾ ਮੇਰੀ ਪ੍ਰੋਫਿਟ ਕਿੱਦਾਂ ਹੁੰਦਾ, ਉਹ ਫਸਲ ਬੀਜੂਗਾ, ਉਹ ਕੰਮ ਕਰੂ ਜਿਹਨੂੰ ਫਾਇਦਾ ਹੁੰਦਾ। ਇੱਥੇ ਤੱਕ ਹੀ ਹੈ, ਗਾਂ ਨਹੀਂ, ਗਾਂ ਪੋਲਿਸੀ ਦਾ ਨਹੀਂ ਹੈ। ਹੁਣ ਜੇ ਫਾਰਮਰ ਹਰ ਫਾਰਮਰ ਥੋੜ੍ਹਾ 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 ਏਰੀਆ ਵੀ ਸੋਸ਼ਲ ਫੋਰੈਸਟਰੀ 'ਚ ਲਾ ਦੇਵੇ ਅਤੇ ਇਨਵਾਇਰਮੈਂਟ ਜਿਹੜਾ ਠੀਕ ਹੋ ਸਕਦਾ, ਅਤੇ ਉਹਦੇ ਨਾਲ ਦਰੱਖਤਾਂ ਜਿਹੜੀ ਆ ਉਹ ਪਾਣੀ ਅਬਜ਼ੋਰਬ ਵੀ ਚੰਗਾ ਹੋ ਜਾਂਦਾ ਸਮੇਂ ਨਾ। ਮਿਸਾਲ ਤੋਂ ਦੱਸਦਾ, ਆਹ ਮੇਰੇ ਤੁਸੀਂ ਦਰੱਖਤ ਦੇਖਦੇ ਹੋ, ਜਦ ਇਹ ਮਕਾਨ ਬਣਿਆ 1962 ਦਾ ਬਣਿਆ, ਪੇਂਡੂ ਟਾਈਪ ਸਿੱਧਾ ਮਕਾਨ ਹੈ, ਪਰ ਇਹਦੇ ਨਾਲ ਕੰਫਰਟ ਨਹੀਂ ਕਿਤੇ ਮਿਲੇਗਾ। ਇਹਦੀਆਂ ਸਾਰੀਆਂ ਬਾਰੀਆਂ ਖੋਲ੍ਹ ਦਿਓ, ਸਾਰਾ ਘਰ ਬਰਾਂਡਾ ਬਣ ਜਾਂਦਾ ਹੈ। ਇਹ ਦਰਖਤ ਜਿੱਦਣ ਦੀ ਇਹ ਮਕਾਨ ਪਿਆ ਉੱਦਣ ਦੇ ਲੱਗੇ ਹੋਏ ਆ, 62 ਸਾਲ ਪੁਰਾਣੇ ਆ, 62 ਦੇ ਸਾਰੇ ਲੱਗੇ ਹੋਏ ਆ। ਹੈ ਇਹ ਦੋ ਚੀਜ਼ਾਂ ਮੇਰੇ ਕੋਲ ਹੈਗੀਆਂ 62 ਦੀਆਂ, ਇੱਕ ਇਹ ਦਰਖਤ ਹੈ, ਇੱਕ ਮਕਾਨ ਤਾਂ ਹੈਗਾ ਹੀ ਆ, ਇੱਕ ਮੇਰਾ ਗੀਜ਼ਰ ਹੈ। ਅੱਛਾ ਜੀ। 62 ਦਾ ਲੱਗਾ, ਅੱਜ ਤੱਕ ਖਰਾਬ ਨਹੀਂ ਹੋਇਆ। ਉੱਦਾਂ ਦਾ ਐਲੀਮੈਂਟ ਹੁਣ ਮਿਲਦਾ ਹੀ ਨਹੀਂ, ਪੱਖਾ ਵੀ ਉੱਡੇ ਤਾਂ ਖੈਰ ਹਾਲੇ ਤਾਜ਼ਾ ਹੀ ਹੈ, ਸਮਝੇ ਨਾ। ਹੈਗੇ ਮੇਰੇ ਕੋਲ ਊਸ਼ਾ ਦਾ ਪੁਰਾਣਾ, ਉਹਦੇ ਪੱਖੇ ਵੀ ਹੈਗੇ ਆ। ਸੋ ਇਹ ਡੇ ਬਾਈ ਡੇ ਨਿਕਲਦੇ ਜਾਂਦੇ ਹਾਂ। ਇਹ ਤੁਸੀਂ ਆਹ ਦੇਖਦੇ ਹੋ ਇਨਵਾਇਰਮੈਂਟ ਕਿੰਨੀ ਧੁੱਪ ਪੈ ਰਹੀ ਹੈ ਬਾਹਰ, 5-6-8 ਡਿਗਰੀ ਦਾ ਫਰਕ ਹੈ ਬਾਹਰ ਨਾਲੋਂ ਇੱਥੇ। ਇਹ ਵੱਡੇ ਵੱਡੇ ਦਰੱਖਤ ਹੈ, ਬਰਾਂਡਾ ਆ, ਐਵੇਂ ਲੱਗਦਾ ਜਿੱਦਾਂ ਖੂਹ 'ਤੇ ਬੈਠੇ ਹੁੰਦੇ ਹਾਂ, ਸਮਝੇ ਨਾ। ਆਹੋ, ਅਤੇ ਮੈਂ ਕਦੇ ਵੀ 2 ਵਜੇ ਤੋਂ ਪਹਿਲਾਂ ਅੰਦਰ ਨਹੀਂ ਗਿਆ, ਜੇ ਮਾੜਾ ਜਿਹਾ ਠੰਡ ਹੋ ਜਾਵੇ ਤਾਂ ਮੈਂ ਜਾਂਦਾ ਹੀ ਨਹੀਂ ਅੰਦਰ, ਮਜਬੂਰ ਹੋ ਕੇ ਅੰਦਰ ਜਾਣਾ ਪਵੇ ਮੈਨੂੰ, ਕਿਤੇ ਜਾਂਦਾ ਮੈਂ ਨਹੀਂ ਜਾਂਦਾ। ਬਾਈ 2 ਵਜੇ ਤੱਕ ਖਾਣਾ ਵੀ ਇੱਥੇ ਹੀ ਖਾਣਾ ਮੈਂ ਬੈਠ ਕੇ ਇੱਦਾਂ ਹੀ, ਔਰ ਕਿਸੇ ਘਰ 'ਚ ਨਹੀਂ ਹੈ ਇਹੋ ਜਿਹਾ ਸਿਸਟਮ। ਮੇਰੇ ਘਰ ਦੇ ਵਿੱਚ 6-7 ਦਰੱਖਤ ਲੱਗੇ ਹੋਏ ਨੇ, ਤੁਹਾਨੂੰ ਮੈਂ ਦਿਖਾਉਣਾ ਆਪਣੇ। ਆਹੋ, ਔਰ ਗੀਜ਼ਰ ਦੀ ਗੱਲ ਕੀਤੀ ਕਿ ਜਿਹੜੀ ਪੰਜਾਬ ਦੀ ਪਿਛਲੇ 25 ਸਾਲ ਤੋਂ ਫ੍ਰੀ ਇਲੈਕਟ੍ਰੀਸਿਟੀ ਦੀ ਪਾਲਿਸੀ ਰਹੀ, ਦੇਖੋ ਸੰਬੰਧ ਤਾਂ ਇਹ ਰਿਹਾ, ਜੇ ਬਿਜਲੀ ਫਰੀ ਆ ਔਰ ਕੋਈ ਚਾਰਜ ਨਹੀਂ, MSP ਲੱਗੀ ਹੋਈ ਇਸ ਬਾਅਦ ਝੋਨਾ ਵਿਕ ਹੀ ਜਾਣਾ ਆ, ਹੈਂ, ਬਿਜਲੀ ਫਰੀ ਆ, ਉਹਨੂੰ ਕਿੱਦਾਂ ਰਿਪਲੇਸ ਕਰ ਸਕਦੇ ਹੋ, ਕਰ ਹੀ ਨਹੀਂ ਸਕਦੇ ਤੁਸੀਂ। ਫਰੀ ਵਾਟਰ ਜਿਹੜਾ 1998 ਤੋਂ ਬਾਦਲ ਗੌਰਮੈਂਟ ਨੇ ਸ਼ੁਰੂ ਕੀਤਾ, 97-98 ਉਦੋਂ ਵੀ ਮੈਂ ਪਿੱਟਿਆ, ਮੈਂ ਤਾਂ ਖੈਰ ਉਦੋਂ ਪਹਿਲਾਂ 20 ਸਾਲ ਪਹਿਲਾਂ ਤੋਂ ਰੋਲੇ ਪਾਉਂਦਾ, ਥੋੜ੍ਹਾ ਪਾਣੀ ਥੱਲੇ ਜਾ ਰਿਹਾ, ਪਾਣੀ ਥੱਲੇ ਜਾ ਰਿਹਾ, ਪਾਣੀ ਥੱਲੇ ਜਾ ਰਿਹਾ। ਝੋਨਾ ਬਾਈ ਇਟ ਸਿਰਫ ਪਾਣੀ, ਚਾਹੇ ਤੁਸੀਂ ਪੈਸੇ ਲੈ ਲਓ ਨਾ ਲੈ ਲਓ, ਉਹ ਥੱਲੇ ਜਾ ਰਿਹਾ। ਫਲੈਟ ਰੇਟ ਜਿਹੜਾ ਓਨਾ ਹੀ ਨੁਕਸਾਨਦੇਹ ਹੈ ਜਿੰਨਾ ਫਰੀ ਬਿਜਲੀ ਹੈ, ਕੋਈ ਫਰਕ ਨਹੀਂ ਇਹਦੇ ਵਿੱਚ, ਪਾਣੀ ਨੂੰ ਕੋਈ ਫਰਕ ਨਹੀਂ, ਸਿਰਫ ਥੋੜ੍ਹਾ ਗੌਰਮੈਂਟ ਪੈਸੇ ਲੈ ਲੈਂਦੀ ਹੋਰ ਗੱਲ। ਜਿੰਨੀ ਦੇਰ ਇੱਥੇ ਮੀਟਰ ਲੱਗ ਕੇ ਪਾਣੀ ਜਿਹੜਾ ਰਾਈਟ ਪ੍ਰਾਈਸ ਨਹੀਂ ਹੁੰਦੀ, ਉਨੀ ਦੇਰ ਡਾਇਵਰਸੀਫਿਕੇਸ਼ਨ ਨਹੀਂ ਹੋ ਸਕਦੀ, ਸਮਝੇ ਨਾ। ਫਾਰਮਰ ਨੂੰ ਸਬਸਿਡੀ ਚਾਹੀਦੀ ਆ, ਉਹ ਸਬਸਿਡੀ ਜਿਹੜੀ ਆ, ਕੋਈ ਵੀ ਫਾਰਮ ਸੈਕਟਰ ਜਿਹੜਾ ਦੁਨੀਆ ਦਾ ਸਬਸਿਡੀ ਤੋਂ ਬਗੈਰ ਨਹੀਂ ਬਚਦਾ। ਸਵਾਲ ਤਾਂ ਇਹ ਵੀ ਸਬਸਿਡੀ ਦਿੰਦੇ ਕਿੱਦਣ ਲਈ, ਕਾਹਦੇ ਲਈ ਦਿੰਦੇ? ਅਮਰੀਕਾ 22 ਤੋਂ 24 ਤੋਂ 26 ਬਿਲੀਅਨ ਡਾਲਰ
हाँ चलो बजट है ना इन्नी तो पेट उन्नी बीह भाई मंजिल ये जरा 65 बिलियन डॉलर उन्होंने है बजट है एग्रीकल्चर ये जरा सबसिडी दिता और 1.5% आबादी है सिर्फ फार्मर की है लेकिन वो MSP नहीं दिता ये बड़ा एक इकोनॉमिक पॉइंट है हर कोई अंडरस्टैंड नहीं कर सकता इन जिदा असी दें MSP दें स्टेट से कर बोझ तो है ना एक बोझ अजो MSP हाई होंगी है कंज्यूमर सफर करता कि नहीं किन्ने गवर्नमेंट फ्री करके दे दू और MSP का फायदा ता ही है जो मार्केट रेट तो उत्ते हो प्रोक्योरमेंट हो ये प्रोक्योरमेंट नहीं मार्केट तो मैं तो मैंने कोई नहीं हिंदुस्तान जरा 24 क्रॉप्स के उत्ते MSP देता खरीदा कि ना वीट राइस कुछ काटन कुछ थोड़ा बहुत हो जे अगर MSP जो सारे तो खरीद लगन तो कितने जाएंगे नहीं होते वो दो तरीके करते हैं जहाँ तो MSP जी मार्केट रेट तो थले रखते लोड़ ही नहीं जहाँ वो कहते हैं तो खरीदते ही नहीं रुड़ती है जैसे पंजाब की मक्की रुड़ी है रेट तो 1850 से बिकी 700-800 से फिर नहीं की थी उस MSP का की फायदा जब तुम खरीदनी नहीं थोड़े को अपना प्रोक्योरमेंट ही है नहीं अच्छा मैं भी मैं दस दिना जरा कमीशन क्योंकि मैं आप चेयरमैन रहा कमीशन जरा जी कॉस्ट है गिणदा जी फार्मर इनकर करता क्योंकि ये फ्री है बिजली गवर्नमेंट खर कर दी कॉस्ट गिनी जाती है जी फार्मर इनकर करता ये जरा बिजली आप फ्री देने पानी फ्री देने फार्मर की कॉस्ट 0 लग जाती तो जिन्ना कॉस्ट बेस प्राइस मिलनी है वह घट रह जाती है फार्मर को फ्री बिजली मिल गई और कॉस्ट घट हो गई और MSP घट हो गई हूँ तो फायदा ना हो जे MSP घटे तो इशू प्राइस घट गई फायदा क्यों हो गया कंज्यूमर 22 to 24 million tons जरा ग्रेन का कंज्यूमर है जी मेन प्रोडक्शन है वो पंजाब तो बहर बैठा मैं इन्होंने समझाता गया कि जी बिजली तुम फ्री दें पानी फ्री दें सबसिडी कंज्यूमर दें और थोड़े ग्रेन का कंज्यूमर बहर बैठा ये फार्मर के पल्ले नहीं पैंदी जिते मैं फार्मर समझाया समझ भी गए लेकिन इन्हें चिम्मत ने वो चीज़ समझा देना समझे ना वो सबसिडी किसी होर तरीके ना दो मैं तरीके भी दसे उन्होंने अमेरिका जी कहते हैं इनकम सपोर्ट सिस्टम अच्छा वो डायरेक्टली फार्मर नू पैसे दे देंगे कोई डिवेलपमेंट देते कि बाढ़ बनाई है कोई करनी को करता नहीं तो डायरेक्टली उन्होंने अकाउंट में पा देंगे पर एकड़ के हिसाब से मुड़ के MSP नहीं देंगे जी कोई भी कमोडिटी है वो जी कीमत है सप्लाई डिमांड से चलती है हम देखो दोहां का फर्क ही है जे असं इनकम सपोर्ट के अंदर फार्मर सपोर्ट करते हैं और जी कोई प्रोड्यूस की कीमत है नॉर्मल मार्केट जाती है वह कंज्यूमर को फायदा हो जाता गवर्नमेंट के एक्सचेकर से तो खर्च होंगे ही होंगे जब असी जी उन्हू जी इनकम सपोर्ट के भी पैसे देने उ पैसे असं फार्मर को दे दें उदू भी बद दे दौ पाव दे दें फार्मर को फायदा हो गया एक्सचेकर से बोझ पै गया लेकिन सप्लाई डिमांड देना जी कीमत है वो घट रहेगी सप्लाई के हिसाब से वो कंज्यूमर को फायदा हो गया इतने दो कंज्यूमर नुकसान होता गवर्नमेंट नुकसान होता ये सब कुछ होता वो अमेरिका वर्ल्ड दुनिया के किसी कोने से दिखा दौ MSP दिखा दौ जापान सबसिडी दिता यूरोप सबसिडी दिता अमेरिका कनेडा ये सारे सबसिडी देंगे
और ਉਹਨਾਂ ਦੇ ਆਬਜੈਕਟਿਵ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਗ੍ਰੀਨ ਬਾਕਸ ਸਬਸਿਡੀ ਹੈ ਡਬਲਯੂ ਦੇ ਮੁਤਾਬਕ ਜਿਹੜੀ ਤੁਸੀਂ ਇਨਪੁੱਟ 'ਤੇ ਸਬਸਿਡੀ ਦਿੰਦੇ ਹੋ ਉਹ ਰੈੱਡ ਬਾਕਸ ਸਬਸਿਡੀ ਹੈ ਉਹਨੂੰ ਡਬਲਯੂ ਟੂ ਇਨਪੁੱਟ ਕਰਨਾ ਭਲੇ ਮਾਨਸੋ ਫਾਰਮਰ ਦੇ ਅਕਾਊਂਟ ਵਿੱਚ ਪੈਸੇ ਪਾ ਦਿਓ ਇਨਕਮ ਸਪੋਰਟ ਸਿਸਟਮ ਵਿੱਚ ਉਹਨੂੰ ਕੋਈ ਪਾਈ ਬੀਜੀ ਦੇ ਪੈਸੇ ਦੇ ਕੀ ਹੋਊਗਾ ਇੱਕ ਤਾਂ ਉਹਦੇ ਪੈਸੇ ਪੈ ਗਏ ਸਬਸਿਡੀ ਦੇ ਪਹਿਲੇ ਪੈ ਗਏ ਸਿੱਧੀ ਦੂਜੀ ਆ ਉਹਦੇ ਜਿਹੜੇ ਜਿਹੜੀ ਆ ਕੋਸਟ ਗਿਣੀ ਜਾਊਗੀ ਉਹਦੀ ਜਾਂ ਪੈ ਦਿੰਦੇ ਆ ਜੇ ਤੁਸੀਂ ਐੱਮ ਐੱਸ ਪੀ ਜੇ ਤੁਹਾਡੀ ਐੱਮ ਐੱਸ ਪੀ ਜ਼ਿਆਦਾ ਹੋ ਜੂ ਉਹਨੂੰ ਸਬਸਿਡੀ ਮਿਲ ਗਈ ਉਹ ਨਹੀਂ ਉਹਨੂੰ ਉਹਦੀ ਐੱਮ ਐੱਸ ਪੀ ਆਈ ਹੋ ਗਈ ਕੰਜ਼ਿਊਮਰ ਨੂੰ ਗੌਰਮੈਂਟ ਦੇਖੇ ਇਹ ਡੀਪ ਨੁਕਤੇ ਆ ਜਿਹੜੇ ਜਿਹੜੀ ਸਮਝਣ ਦੀ ਲੋੜ ਹੈ ਸਮਝ ਕੇ ਵੀ ਨਹੀਂ ਸਮਝ ਲਓ ਦੂਜੀ ਗੱਲ ਹੈ ਜੇ ਤੁਸੀਂ ਪਰੇ ਕਿਹੜੇ ਹਿਸਾਬ ਦੇ ਨੇ ਹੋ ਜਿਹਨਾਂ ਕੋਲ ਟਿਊਬਵੈਲ ਹੈ ਨਹੀਂ ਉਹਨਾਂ ਨੂੰ ਮਿਲ ਜਾਂਦੀ ਹੈ ਉਹ ਲੋਕ ਤਾਂ ਡਿਜ਼ਰਵ ਤਾਂ ਉਹ ਕਰਦੇ ਆ ਛੋਟੇ ਫਾਰਮਰ ਨੂੰ ਮਿਲ ਜਾਂਦੀ ਹੈ ਜਿਹਦੇ ਕੋਲ ਟਿਊਬਵੈਲ ਹੈ ਨਹੀਂ ਹੈ ਉਹਨੂੰ ਫਾਇਦਾ ਹੁੰਦਾ ਅਸਲ ਤਾਂ ਛੋਟਾ ਫਾਰਮਰ ਜਿਹੜਾ ਉਹਨੂੰ ਅਫੋਰਡ ਕਰਨ ਦੀ ਲੋੜ ਨਹੀਂ ਹੈ ਇਸ ਨੂੰ ਅਸੀਂ ਫੋਕਸ ਵੀ ਕਰ ਸਕਦੇ ਹਾਂ ਅਸੀਂ 10 ਏਕੜ ਤੱਕ ਆ ਦੇਵਾਂਗੇ 15 ਏਕੜ ਉਹ ਤੋਂ ਬਾਅਦ ਨਹੀਂ ਦੇਵਾਂਗੇ ਇੱਕ 2-3 ਏਕੜ ਦਾ ਫਾਰਮਰ ਤਾਂ ਪਾਣੀ ਖਰੀਦ ਕੇ ਆਪਣੀ ਧਰਤੀ ਲਾਉਂਦਾ ਉਹ ਜਿਹਦੇ ਕੋਲ ਖਰੀਦਦਾ ਉਹਨੂੰ ਫ੍ਰੀ ਹੈ ਹੈਂ ਦੂਜੇ ਪਾਸੇ ਮੈਂ ਸੰਘੇ ਦੀ ਆਵਾਜ਼ ਦਿੰਦਾ ਨਾ 2000 ਏਕੜ ਆਲੂ ਬੀਜਦਾ ਦਰਜਣਾ ਉਹਦੇ ਕੋਲ ਟਿਊਬਵੈੱਲ ਹੈ ਦਰਜਣ ਟਰੈਕਟਰ ਹੈ ਸੀਡ ਪ੍ਰੋਡਿਊਸ ਕਰਕੇ 100 ਰੁਪਏ ਦਾ ਉਹਨੂੰ ਫ੍ਰੀ ਬੀਜ ਲੋੜ ਹੈ ਮੈਨੂੰ ਪੁੱਛਿਆ ਸੀ ਫਿਰ ਲੱਗ ਸਕਦਾ ਦੇਈ ਜਾਂਦੇ ਮੈਂ ਤਾਂ ਨਹੀਂ ਮੰਗਦਾ ਅੱਛਾ ਹੁਣ ਸਵਾਲ ਤਾਂ ਇਹ ਆ ਵੀ ਤੁਸੀਂ ਜਿਹੜਾ ਫਾਰਮਰ ਇੱਕ ਕੈਟੇਗਰੀ ਦਾ ਹੈ ਨਹੀਂ ਫਾਰਮਰ ਦੇ ਗਰੀਬ ਫਾਰਮਰ ਦੇ ਨਾਂ 'ਤੇ ਜਿਹੜਾ 2-2, 4-4, 5-5, 7-7, 8-8, 10-10 ਏਕੜ ਦਾ ਉਹਦੇ ਨਾਂ 'ਤੇ ਵੱਡੇ ਖਾਈ ਜਾਂਦੇ ਆ ਜਿਹੜੀ ਫ੍ਰੀ ਬਿਜਲੀ ਦਾ ਇਹ ਸਾਰਾ ਆਇਆ ਵੀ ਇਹ ਕਿਸਾਨਾਂ ਦੀ ਕੋਈ ਡਿਮਾਂਡ ਸੀਗੀ ਜਾਂ ਐਗਰੀਕਲਚਰ ਡਿਪਾਰਟਮੈਂਟ ਦੀ ਕਦੇ ਕੋਈ ਫਾਰਮਰ ਨੇ ਜ਼ਿਆਦਾ ਫ੍ਰੀ ਬਿਜਲੀ ਦਿੱਤੀ ਆ ਫਾਰਮਰ ਦੀ ਕੋਈ ਡਿਮਾਂਡ ਨਹੀਂ ਸੀ ਬਿਲਕੁਲ ਇੱਕ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰੀ ਮੈਂ ਕਿਉਂ ਕਹਿੰਦਾ ਇੱਦਾਂ ਇੱਕ ਵਾਰੀ ਬਿਜਲੀ ਦੇ ਖਰੇ 4 ਪੈਸੇ ਵਾਧੂ ਕਰਦੇ 6 ਪੈਸੇ ਸੀਗੇ ਕੁਝ ਆਨਿਆਂ ਦਾ ਫਾਰਮਰ ਨੇ ਜਿੱਦਾਂ ਹੁਣ ਮੋਰਚਾ ਲਾਇਆ ਨਾ ਪੰਜਾਬ ਫਾਰਮਰ ਨੇ ਗਵਰਨਰ ਦਾ ਗਵਰਨਰ ਹਾਊਸ ਘੇਰ ਲਿਆ ਸੀ ਉਦੋਂ ਭੁਪਿੰਦਰ ਸਿੰਘ ਇਹ ਸਾਰੇ ਇਹ ਲੀਡਰ ਹੁੰਦੇ ਸੀ ਮੈਂ ਉਦੋਂ ਉੱਥੇ ਵਾਈਸ ਚਾਂਸਲਰ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਮੇਰਾ ਬਹੁਤ ਰਾਬਤਾ ਸੀ ਇਹਨਾਂ ਫਾਰਮਰ ਨਾਲ ਬੜੀ ਇੱਜ਼ਤ ਮੇਰੀ ਕਰਦੇ ਅਤੇ ਮੈਨੂੰ ਬੜਾ ਤੇਜ਼ ਸੀ ਕਿਉਂਕਿ ਸਾਰੇ ਉਹਨਾਂ ਫਾਰਮਰ ਦਾ ਹੀ ਕੰਮ ਕੀਤਾ ਮੈਂ ਉੱਥੇ ਵੀ ਅਸੀਂ ਮੱਝਾਂ ਲੈਣੀ ਸਬਜ਼ੀ ਲਾ ਦੇਣੀ ਆ ਮਹੀਨਾ 1.5 ਮਹੀਨਾ ਬੈਠੇ ਰਿਹਾ ਸੀ ਫਿਰ ਇਹਦਾ ਫੈਸਲਾ ਹੋਇਆ ਵੀ ਕਮੇਟੀ ਬਣਾ ਦਿਓ ਉਹ ਜੋ ਫੈਸਲਾ ਕਰੂਗਾ ਕਮੇਟੀ ਬਣਾ ਕੇ ਮੈਨੂੰ ਚੇਅਰਮੈਨ ਬਣਾ ਤਾ ਜੋਲ ਕਮੇਟੀ ਬਣਾ ਤੀ ਬਿਜਲੀ ਦੇ ਮੇਰੇ ਨਾਂ ਦਬੋਦਰ ਵੈਲੀ ਕਾਰਪੋਰੇਸ਼ਨ ਦਾ ਇੱਕ ਫਾਈਨੈਂਸ਼ੀਅਲ ਦਾ ਜਿਹੜਾ ਮੈਂਬਰ ਸੀ ਉਹ ਸੀ ਇੱਕ ਮੇਰੇ ਨਾਲ ਸੀਗਾ ਦਿੱਲੀ ਇਲੈਕਟ੍ਰੀਸਿਟੀ ਅਥਾਰਟੀ ਦਾ ਤਿੰਨ ਜਣੇ ਸੀ ਕੋਈ ਵੀ ਨਹੀਂ ਕਹਿ ਸਕਦਾ ਵੀ ਪੰਜਾਬ ਦਾ ਬਣਾਇਆ ਇੱਕ ਪ੍ਰੋਫੈਸਰ ਮੈਂ ਆਪਣੇ ਇੱਥੋਂ ਐਡੀਟਰ ਲੈਣ ਵਾਸਤੇ ਸਾਰਾ ਜਦੋਂ ਮੈਂ ਰਿਪੋਰਟ ਦਿੱਤੀ ਤਾਂ ਉਦੋਂ ਇੰਦਰਾ ਗਾਂਧੀ ਦੀ ਗੌਰਮੈਂਟ ਸੀ ਉਹਨੇ ਰਿਪੋਰਟ ਨੂੰ ਸੀਲ ਕਰਤਾ ਰਿਪੋਰਟ ਨਹੀਂ ਦਿੱਤੀ ਰੀਜ਼ ਨਹੀਂ ਹੋਣ ਦਿੱਤੀ ਅਤੇ ਫਾਰਮਰ ਨੇ ਬਰਨਾਲੇ ਦੀ ਗੌਰਮੈਂਟ ਫਾਰਮਰ ਨੇ ਐਜੀਟੇਸ਼ਨ ਕਰਕੇ ਉਹ ਰਿਪੋਰਟ ਰਿਲੀਜ਼ ਕਰਵਾਈ ਸੀ ਉਹ 'ਚ ਕੀ ਰਿਕਮੈਂਡੇਸ਼ਨ ਸੀ ਬਾਕੀ ਜਿਹੜੀ ਜਦੋਂ ਉਹਨਾਂ ਨੇ ਜ਼ਬਤ ਕੀਤੀ ਉਹ ਤਾਂ ਮੇਰੀ ਪੋਲਿਸੀ ਦੀ ਗੱਲ ਸੀ ਹਿੱਟ ਕਰਦੀ ਸੀ ਉਹਨਾਂ ਨੂੰ ਲੇਕਿਨ ਉਹ 'ਚ ਮੇਰੀ ਰਿਕਮੈਂਡੇਸ਼ਨ ਜਿਹੜੀ ਫਾਰਮਰ ਨੇ ਐਕਸੈਪਟ ਕੀਤੀ ਸੀ ਉਹ ਇਹ ਸੀ ਕਿ ਫਾਰਮਰ ਤੋਂ ਜਿਹੜੀ ਕੈਪੀਟਲ ਕੋਸਟ ਆ ਉਹ ਨਾ ਲਈ ਜਾਵੇ ਜਿਹੜੀ ਰਨਿੰਗ ਕੋਸਟ ਹੈ ਵੇਰੀਏਬਲ ਕੋਸਟ ਚੱਲਦੀ ਉਹ ਉਹਨਾਂ ਨੂੰ ਚਾਰਜ ਕਰ ਦਿਆ ਜਾਵੇ ਮਤਲਬ ਫਾਰਮਰ ਪੈਸੇ ਦੇਣ ਨੂੰ ਤਿਆਰ ਸੀ ਦਿੰਦੇ ਵੀ ਸੀ ਪਹਿਲਾਂ ਫਲੈਟ ਰੇਟ ਦਿੰਦੇ ਪਹਿਲਾਂ ਹਾਂ ਉਹ ਐਜੀਟੇਸ਼ਨ ਕਰਕੇ ਰਿਲੀਜ਼ ਕਰਵਾਈ ਸੀ ਇਹਦਾ ਮਤਲਬ ਹੈ ਕਿ ਫਾਰਮਰ ਨੇ ਕਦੇ ਵੀ ਬਿਜਲੀ ਦੀ ਫ੍ਰੀ ਨਹੀਂ ਮੰਗੀ ਸੀ ਫਾਰਮਰ ਤਾਂ ਇਹ ਕਹਿੰਦੇ ਸੀ ਕਿ ਸਾਨੂੰ ਕੁਆਲਿਟੀ ਬਿਜਲੀ ਦਿਓ 3-ਫੇਜ਼ ਬਿਜਲੀ ਦਿਓ ਜਾਂ ਸਾਡਾ ਜੀ ਕਰੇ ਸਵਿੱਚ ਆਨ ਕਰ ਲਵਾਂਗੇ ਜੀ ਕਰੇ ਨਾ ਕਰੇ ਇਹ ਤਾਂ ਬਾਦਲ ਸਾਹਿਬ ਨੇ ਪਹਿਲਾਂ ਭੱਠਲ ਨੇ ਅਨਾਊਂਸ ਕੀਤਾ ਵੀ ਅਸੀਂ ਬਿਜਲੀ 5 ਏਕੜ ਬਾਦਲ ਸਾਹਿਬ ਨੇ ਸਾਰੀ ਫ੍ਰੀ ਕਰਕੇ ਵੋਟਾਂ ਜਿੱਤ ਲਈਆਂ ਕਿਉਂ ਇਹਨਾਂ ਭੱਠਲ ਨਾਲ ਗੱਲ ਹੋਈ ਮੈਂ ਕਿਹਾ ਮਰਿਆ ਸਭ ਗਲ ਪਾ ਗਈ ਨਾ ਇਹਨਾਂ ਦੇ ਉਹ ਸਭ ਅੱਜ ਤੱਕ ਨਹੀਂ ਲਿਆ ਸਮਝਿਆ ਨਾ
ਉੱਥੋਂ ਹੀ ਗੱਲ ਸ਼ੁਰੂ ਹੋਈ ਹੈ। ਫਾਰਮਰ ਤਾਂ ਕਦੇ ਚਾਹੁੰਦੇ, ਹੁਣ ਜੇ ਮੈਂ ਪੁੱਛਦਾ ਵੀ ਉਹ ਕਹਿੰਦੇ ਜੀ ਦਿੱਤੇ ਆ ਤਾਂ ਇੱਕਦਮ ਫੁੱਲਾ ਕਰ ਲਹੂ ਮੂੰਹ ਲੱਗ ਗਿਆ। ਫਾਇਦਾ ਫਾਰਮਰ ਨੂੰ ਹੈ ਨਹੀਂ, ਬਿਜਲੀ ਦੇ ਤੁਹਾਨੂੰ ਦਿੱਤੇ ਤਰੀਕੇ ਦਾ ਕੋਈ ਇਕਨੋਮਿਕ ਫਾਇਦਾ ਨਹੀਂ ਉਹਨੂੰ, ਲੇਕਿਨ ਪਾਣੀ ਥੱਲੇ ਤੁਰਿਆ ਜਾ ਰਿਹਾ। ਇਸ ਇਹਨੂੰ ਮੈਂ ਇੱਥੇ ਉਦੋਂ ਸੀਗਾ ਕੈਪਟਨ ਕੀ ਸੀ ਕਮਲਜੀਤ, ਉਹ ਫਾਈਨੈਂਸ ਦਾ ਸੀਗਾ, ਅਤੇ ਉੱਥੇ ਕੋਈ ਮੀਟਿੰਗ ਹੋਈ ਪਟਿਆਲੇ, ਤਾਂ ਮੈਂ ਉਹਨੂੰ ਸਮਝਾਇਆ। ਜਦ ਕੋਈ ਜਵਾਬ ਨਾ ਰਿਹਾ, ਮੈਨੂੰ ਕਹਿੰਦਾ ਡਾਕਟਰ ਸਾਹਿਬ ਸਾਡਾ ਕੰਜ਼ੂਮਰ ਵੱਲ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ। ਮੈਂ ਕਿਹਾ ਬਿਹਾਰੀ ਕੰਜ਼ੂਮਰ ਬਾਅਦ 'ਚ, ਯੂਪੀ ਦੇ ਕੰਜ਼ੂਮਰ ਬਾਅਦ, ਮੈਂ ਕਿਹਾ ਉੜੀਸਾ ਦੇ ਕੰਜ਼ੂਮਰ, ਉਹਨਾਂ ਬਾਰੇ ਤੁਹਾਡੀ ਬਣਦੀ ਜ਼ਿੰਮੇਵਾਰੀ। ਮੈਂ ਕਿਹਾ ਹੈ, ਮੈਂ ਕਿਹਾ ਪਰ 22 ਮਿਲੀਅਨ ਟਨ ਏਕੜ ਤਾਂ ਤੁਹਾਡਾ ਬਾਹਰ ਜਾਂਦਾ, ਤੁਹਾਡੀ ਕਾਹਦੀ ਜ਼ਿੰਮੇਵਾਰੀ ਵਿੱਚ? ਜਾਣੀ ਉਹ ਸਿਰਫ ਇਹਨਾਂ ਨੇ ਅਸੀਂ ਫਰੀ ਬਿਜਲੀ ਦਿੰਦੇ, ਫਰੀ ਬਿਜਲੀ ਦਿੰਦੇ ਹਾਂ। ਮੈਨੂੰ ਦੱਸੋ ਫਰੀ ਬਿਜਲੀ ਤਾਂ ਅੱਜ ਤੱਕ ਗੌਰਮੈਂਟ ਦਿੱਤੀ ਆ, ਬਾਦਲ ਨੇ ਫਰੀ ਕੀਤੀ ਸੀ ਮੁੜ ਕੇ ਜਿੱਤ ਗਿਆ, ਅਮਰਿੰਦਰ ਨੇ ਫਰੀ ਰੱਖੀ ਸੀ ਲਾ ਕੇ ਫਰੀ ਕੀਤੀ ਮੁੜ ਕੇ ਜਿੱਤ ਗਿਆ। ਜੇ ਬਾਦਲ ਦੂਜੀ ਵਾਰ ਜਾ ਕੇ, ਇਸ ਕਰਕੇ ਕਾਂਗਰਸ ਕਮਜ਼ੋਰ ਸੀ, ਦੂਜੀ ਵਾਰੀ ਕੌਣ ਜਿੱਤ ਗਿਆ? ਬਿਜਲੀ ਵਾਲਾ ਤਾਂ ਫਰੀ ਪਾਣੀ ਵਾਲਾ ਬਿਜਲੀ ਦਾ ਤਾਂ ਕੋਈ ਮੁੱਦਾ ਹੀ ਨਹੀਂ। ਪੰਜਾਬ ਨੂੰ ਰੇਗਿਸਤਾਨ ਬਣਾਈ ਜਾਂਦੇ ਆ। ਮੈਂ ਤਾਂ ਡਾਇਰੈਕਟਲੀ ਅਮਰਿੰਦਰ ਸਿੰਘ ਨੂੰ ਔਰ ਬਾਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਣਾ ਕਿ ਜਿੰਨੀ ਇਹਦਾ ਰੇਗਿਸਤਾਨ ਬਣਾ ਰਿਹਾ, ਪੰਜਾਬ ਨੂੰ ਬਣਾ ਰਿਹਾ, ਇਹ ਡਾਇਵਰਸੀਫਿਕੇਸ਼ਨ ਡਿਜ਼ਰਟੀਫਿਕੇਸ਼ਨ ਹੋਈ ਆ, ਉਹਦੇ ਡਾਇਰੈਕਟਲੀ ਜ਼ਿੰਮੇਵਾਰ ਇਹ ਆ, ਆਉਣ ਵਾਲੀਆਂ ਜਨਰੇਸ਼ਨਾਂ ਨੂੰ ਬਖਸ਼ਣਗੀਆਂ ਨੇ। ਹਿਸਟਰੀ ਵਿਲ ਰਿਕਾਰਡ ਇਟ, ਇਹ ਕਰ ਰਿਹਾ, ਕਿਉਂਕਿ ਉਹਨੂੰ ਸਿਰਫ ਵੋਟ ਚਾਹੀਦੀ ਆ, ਹੋਰ ਉਹ ਕੱਖ ਨਹੀਂ ਚਾਹੀਦਾ। ਆਇਆ ਪ੍ਰੋਬਲਮ ਕਾਫੀ ਆ। ਤੁਸੀਂ ਇਉਂ ਕਰੋ ਜੀ, ਇੱਕ ਕੰਮ ਕਰੋ, ਇੱਕ ਤਾਂ NRI ਵਾਲੇ 'ਤੇ ਕੰਮ ਕਰੋ, ਅਤੇ ਦੂਜੇ ਕੰਮ ਇਹ ਕਰੋ ਕਿ ਹਰ ਬੰਬੀ 'ਤੇ, ਹਰ ਜਿੱਥੇ ਰਹਿਣਾ ਹੈਗਾ ਉੱਥੇ 5-5, 7-7 ਦਰਖਤ ਲਓ। ਹੁਣ ਜੇ ਮੇਰੇ ਘਰ ਦੇ ਵਿੱਚ ਲੱਗ ਸਕਦੇ ਆ, ਤਾਂ ਉੱਥੇ ਕਿਉਂ ਨਹੀਂ ਲੱਗ ਸਕਦੇ? ਜੀ ਨਾ, ਤੁਹਾਨੂੰ ਦਿਖਾਉਣਾ ਮੇਰੇ ਮੈਂ ਦਰਖਤ।